ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਇਹ ਹੋ ਗਈ ਕਾ ਤੁਸਾਰੇ ਠੀਕ-ਠਾਕ ਹੋਗੇ ਤੰਦਰੁਸਤ ਹੋਵੋਗੇ ਖੁਸ਼ਾ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਮਾਂ ਦੱਸਤਾ ਕਿਚਨ ਦੀ ਵੀ ਹੋ ਗਈ ਹੋ ਕੇ ਹੁਣ ਮੈਂ ਲੈਕ ਮੈਨੂੰ ਅੱਜ ਕੁਝ ਮੈਂ ਕਲੀਨਿੰਗ ਦਾ ਕੰਮ ਨਿਕਲਿਆ ਤੇ ਮੈਂ ਹੋ ਰਿਹਾ ਸਪਿਰਚ ਕੁਝ ਕੰਮ ਹੀ ਨਹੀਂ ਕਰ ਰਿਹਾ ਕਿਚਨ ਦਾ ਤਾਂ ਆਲਰੇਡੀ ਹੋਦੇ ਹੁੰਦੇ ਨੇ ਮੈਂ ਹਾਂ ਉਹਦੇ ਨਾਲ-ਨਾਲ ਕੁਝ ਸਾਫ਼ ਸਫਾਈ ਵੀ ਕਰਨਾ ਮੈਂ ਸੋਚਿਆ ਬਾਥਰੂਮ ਦੀ ਕਲੀਨਿੰਗ ਕਰ ਲਾਂਗੀ ਜਿਹੜੀ ਡੇਲੀ ਬੇਸਿਸ ਤੇ ਨਹੀਂ ਹੁੰਦੀ ਹਨਾ ਆਪਾਂ ਲਾਈਕ ਦੋ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਕਰਦੇ ਹੁਣੇ ਓਵਰਲ ਕਲੀਨਿੰਗ ਹਲਾ ਕਰਨੀਆਂ ਸਾਰੇ ਟਾਈਲਸ ਸਾਫ ਕਰਨੀਆਂ ਨੇ ਛੱਤ ਝਾੜਨੀ ਹੈ ਪੱਖਾ ਜ਼ੋਂ ਸਾਰਾ ਕੁਝ ਸਾਫ ਕਰਨਾ ਇਹ ਵਾਲੀ ਕਲੀਨਿੰਗ ਮੈਂ ਕਰਦੀਆਂ ਬੈਲਟੀ ਸਾਫ ਕਰੂੰਗੀ ਆਹ ਵਾਲਾ ਸਾਰਾ ਵੁੱਡਨ ਕੈਬਿਨੇਟ ਆਹ ਸਾਫ ਕਰੂੰਗੀ ਕਰਦੇ ਆ ਬਾਥਰੂਮ ਦੀ ਕਲੀਨਿੰਗ ਮੈਨੂੰ ਆਇਆ ਵੀ ਕੁਝ ਨਾ ਕੁਝ ਮੈਂ ਅੱਜ ਕਰਾ ਜਾਣੀ ਕਿ ਮੇਰਾ ਬਿਨ ਵੇਸ ਮਾ ਲਾਵੇ ਕਿ ਮੈਂ ਕੁਝ ਵੀ ਨ ਕਰ ਹੈਗਾ ਮੈਨੂੰ ਆਇ ਹੋ ਰਿਹਾ ਸੀਗਾ ਤੇ ਹੁਣ ਕਰਦੇ ਆਪਾਂ ਬਾਥਰੂਮ ਦੀ ਸਫਾਈ ਕਰਦਿਆਂ ਸ਼ੁਰੂ ਕਰਨੀ ਮੰਨ ਲਖ ਬਾਥਰੂਮ ਡਸਟਿੰਗ ਕਰਨ ਮੈਂ ਚਲੋ ਬਾਥਰੂਮ ਹੀ ਕਰ ਲਾਂ ਨੇ ਵੀ ਥੋੜੇ ਟਾਈਮ ਵਾਲਾ ਕੰਮ ਔਰ ਕਰਨਾ ਹੀ ਕਰਨਾ ਇਹ ਵੀ ਹੋ ਜਾਊਗਾ ਤੇ ਪਹਿਲਾਂ ਉੱਪਰੋਂ ਡਸਟਰ ਨਾਲ ਝਾੜ ਰਹੀਆਂ ਛੱਤਾਂ ਜਿਹੜੇ ਕੋਈ ਜਾਲੇ ਨੇ ਡਸਟ ਹੈ ਉਹ ਸਾਫ਼ ਹੋ ਜੇ ਤੇ ਉੱਪਰਲੀ ਟਾਈਲਸ ਤੇ ਵੀ ਮਾਰ ਦੂੰਗੀ ਡਸਟਰ ਨਾਲ ਹਾਂ ਤਾਂ ਵੈਸੇ ਮੈਂ ਗਿੱਲਾ ਕੱਪੜਾ ਮਾਰਨਾ ਹੀ ਮਾਰਨਾ ਪਰ ਇੱਕ ਔਰ ਮੈਂ ਕਿ ਡਸਟਰ ਨਾਲ ਵੀ ਸਾਰਾ ਰੇਅ ਡਸਟ ਹੈ ਰੇਤਾ ਮਿੱਟੀ ਔਰ ਸਾਫ਼ ਹੋ ਜੇ ਇਹ ਜਸਾ ਮੰਨ ਡਸਟਿੰਗ ਕਰਨੀ ਫਿਰ ਈਜ਼ੀ ਹੋ ਜਾਂਦੀ ਹੈ ਮੈਂ ਹੁਣ ਨੀਚੀ ਖੜੀ ਐ ਕੋਈ ਮੈਂ ਟੇਬਲ ਵਗੈਰਾ ਸਟੂਲ ਕੁਝ ਨਹੀਂ ਲਿਆ ਪਰ ਇਹ ਵਾਲੇ ਬਾਥਰੂਮ ਵਿੱਚ ਅਸੀਂ ਡਾਊਨ ਸੀਲਿੰਗ ਕਰਵਾਈ ਹੋਈ ਹੈ ਛੱਤ ਵੀ ਥੋੜੀ ਨੀਵੀਂ ਹੈ ਜਿਆਦਾ ਉਚਾਈ ਚ ਨਹੀਂ ਹੈਗੀ ਇਹ ਫਰਮੈਂਟ ਉਸ ਨਾਲ ਸਾਰੇ ਝਾੜਤੀ ਤੇ ਹੁਣ ਮੈਂ ਨਾ ਵਾਈਪਰ ਤੇ ਗਿੱਲਾ ਕੱਪੜਾ ਰੱਖ ਕੇ ਜਾਨੀ ਕਿ ਮਾਈਕਰੋ ਫਾਈਬਰ ਦਾ ਟੋਵਲ ਰੱਖ ਕੇ ਵਾਈਪਰ ਤੇ ਚੜਾ ਕੇ ਫਿਰ ਮੈਂ ਉੱਪਰ ਉੱਪਰ ਵਾਲੇ ਟਾਈਲਸ ਨੇ ਨਾ ਜਿਹੜੀਆਂ ਤੇ ਉਹਨਾਂ ਤੇ ਮਾਰ ਦਾਨੀ ਆ ਫਿਰ ਵਾਈਪਰ ਨਾਲ ਈਜ਼ੀ ਹੋ ਜਾਂਦਾ ਆਪਣਾ ਕੰਮ ਤੇ ਟੇਬਲ ਦੀ ਸਟੂਲ ਦੀ ਜ਼ਰੂਰਤ ਨਹੀਂ ਹੈਗੀ ਉਗੀ ਆਲਰੇਡੀ ਇਥੇ ਵਿੱਚ ਡਾਊਨ ਸੀਲਿੰਗ ਕਰਾਈ ਹੋਈ ਆ ਵਾਲ ਬਾਥਰੂਮ ਵਿੱਚ ਛੱਤ ਜਿਆਦਾ ਉੱਚੀ ਨਹੀਂ ਹੈਗੀ ਰੋਜ਼ ਰੋਜ਼ ਆ ਵਾਲ ਕਲੀਨਿੰਗ ਆਪਾਂ ਤੋਂ ਨਹੀਂ ਹੁੰਦੀ ਰੋਜ਼ ਕੀ ਕਈ ਦਿਨਾਂ ਬਾਅਦ ਹੁੰਦੀ ਆ ਮਹੀਨਾ ਡੇਢ ਮਹੀਨਾ ਕਈ ਵਾਰ 2 ਮਹੀਨੇ ਵੀ ਲੰਘ ਜਾਂਦੇ ਨੇ ਉਹ ਤਾਂ ਵੈਸੇ ਮਹੀਨੇ ਤੋਂ ਕੋਸ਼ਿਸ਼ ਹੁੰਦੀ ਮੇਰੀ ਮੈਂ ਕਰਦਾ ਮਿੰਟ ਸਾਰੇ 5 ਹੀ ਲੱਗਦੇ ਨੇ ਆ ਵਾਲੀ ਸਫਾਈ ਕਰਨ ਚ ਆਪਾਂ ਕੱਪੜਾ ਮਾਰਨੋ ਵੀ ਟਾਈਲਾਂ ਤੇ 5 ਮਿੰਟ ਦਾ 5 ਮਿੰਟ ਦਾ ਹੀ ਕੰਮ ਹੁੰਦਾ ਸਾਰਾ ਪਰ ਇੱਕ ਵਾਰ ਚਮਕ ਜਿਹਾ ਆ ਜਾਂਦੀ ਜਦੋਂ ਆਪਾਂ ਇਹ ਕੰਮ ਕਰ ਲਾਂਦੇ ਟਾਈਲ ਸਾਰੇ ਸਾਫ਼ ਹੋ ਜਾਂਦੇ ਨੇ ਸ਼ਾਮ ਕੀ ਜਾ ਜਾਂਦੀ ਆ ਪਤਾ ਨਾ ਖਣ ਲਾ ਗਿਆ ਉਹ ਅੱਜ ਸਫਾਈ ਕਰੀ ਆ ਕਿਉਂਕਿ ਵਿੰਡੋ ਆ ਸਾਡੇ ਬਾਥਰੂਮ ਦੇ ਬਾਹਰ ਵਾਲੀ ਸਾਈਡ ਉਤਰੋ ਮਿੱਟੀ ਡਸਟ ਆਉਂਦੀ ਆਂਦੀ ਐ ਮਾਈਕ੍ਰੋਫਾਈਬਰ ਟਾਵਲ ਨਾਲ ਬਿਲਕੁਲ ਸਾਫ਼ ਹੋ ਰਹੀ ਸਟਾਈਲਸ ਨਾਲ ਤਾਂ ਪਾਣੀ ਦੇ ਦਾਗ ਪੈ ਰਹੇ ਸੀਗੇ ਪਹਿਲਾਂ ਮੈਂ ਸੁੱਕਾ ਕੱਪੜਾ ਮਾਰ ਲੂ ਪਰ ਲੋਕਾ ਕੱਪੜਾ ਮਾਰਨ ਦੀ ਮੈਨੂੰ ਜ਼ਰੂਰਤ ਪਈ ਨਹੀਂ ਕਿਉਂਕਿ ਬਿਲਕੁਲ ਪਾਣੀ ਦੇ ਨਿਸ਼ਾਨ ਜੀ ਨਹੀਂ ਹੈਗੇ ਸੀਗੇ ਸਾਰੀਆਂ ਟਾਈਲਸ ਕਲੀਨ ਹੋ ਗਈਆਂ ਛੱਤ ਕਲੀਨ ਹੋ ਗਈ ਤੇ ਹੁਣ ਮੈਂ ਕਰ ਰਹੀ ਆ ਐਗਜ਼ੌਸਟ ਸਾਫ ਐਗਜ਼ੌਸਟ ਵੀ ਕਰਦਾ ਮੈਂ ਜਲਦੀ ਕਰ ਦਰੂਣੀ ਇਸ ਲਈ ਬਹੁਤ ਗੰਦਾ ਨਹੀਂ ਹੁੰਦਾ ਇਹ ਇਹ ਟਾਈਮ ਟੂ ਟਾਈ ਮੂਵਿੰਗ ਕਰ ਕਲੀਨਿੰਗ ਕਰੀ ਚਲੀਏ ਫਿਰ ਕੋਈ ਵੀ ਚੀਜ਼ ਜਿਆਦਾ ਗੰਦੀ ਨਹੀਂ ਉਹਨਾਂ ਨੂੰ ਸਾਫ਼ ਕਰਾਂ ਚ ਮੁਸ਼ਕਲ ਨਹੀਂ ਹੁੰਦਾ ਹੈਗਾ ਟਾਈਮ ਨਹੀਂ ਜਿਆਦਾ ਲੱਗਦਾ ਮੈਂ ਤਾਂ ਨਹੀਂ ਜਿਆਦਾ ਲੱਗਦੀ ਬਹੁਤ ਜਲਦੀ ਸਾਰੇ ਮੈਂ ਕਲੀਨਿੰਗ ਕਰ ਦਿੱਤੀ ਤੇ ਪੱਖਾ ਆਲਰੇਡੀ ਹੈਲਪਰ ਤੋਂ ਮੈਂ ਥੋੜੇ ਦਿਨ ਪਹਿਲਾਂ ਸਾਫ਼ ਕਰਵਾਈ ਸੀ ਸਾਰੇ ਪੱਖੇ ਪੱਖਾ ਸਾਫ਼ ਹੀ ਆ ਹੁਣ ਚ ਕਰਨਾ ਵੀ ਹੋਇਆ ਤਾਂ ਮੈਂ ਸਟੈਪ ਲਗਾ ਲੈ ਕੇ ਨਾ ਉਦੋਂ ਉੱਪਰ ਖੜ ਕੇ ਕਰਦਣੀ ਹੁੰਦੀ ਆ ਕਿਉਂਕਿ ਜਿਆਦਾ ਹਾਈਟ ਨਹੀਂ ਹੈਗੀ ਛੱਤ ਵਾਲੀ ਜਿਆਦਾ ਹਾਈਟ ਤੇ ਨਹੀਂ ਹੈਗੀ ਬਾਥਰੂਮ ਦੀ ਐਗਜ਼ੌਸਟ ਹੋ ਗਿਆ ਕਲੀਨ ਉੰਜੜਾ ਆਹ ਵਾਲਾ ਕੈਬਿਨੇਟ ਆ ਨਾ ਮਿਰਰ ਦੇ ਕੋਲ ਇਹਦੇ ਵਿੱਚ ਜਾਂ ਕਾਫੀ ਜ਼ਿਆਦਾ ਸਮਾਨ ਲਾਇਕ ਬ੍ਰਸ਼ ਪੀਸ ਫੇਸ ਵਾਸ਼ ਵਗੈਰਾ ਕੋਈ ਫੇਸ ਪੈਕ ਹੈਅਰ ਕਰੀਮ ਹੈ ਜੇ ਕੁਝ ਹੁੰਦਾ ਇਹ ਸਾਰਾ ਸਮਾਨ ਘੱਟ ਕੇ ਇਹਦੀ ਕਰੂੰਗੀ ਕਲੀਨਿੰਗ ਵੈਸੇ ਜਿਵੇਂ ਮੈਂ ਡਸਟਿੰਗ ਕਰਦੀ ਆ ਰੂਮ ਦੀ ਫਿਰ ਨਾਲ ਮੈਂ ਡਰੈਸਿੰਗ ਰੂਮ ਬਾਥਰੂਮ ਉਹਦੀ ਵੀ ਡਸਟਿੰਗ ਕਰਦੀ ਹੁੰਦੀ ਆ ਫਿਰ ਮੈਂ ਕਿਹਾ ਚਲੋ ਅੱਜ ਮੈਂ ਹੁਣ ਇੱਕ ਵਾਰ ਸਾਰੀ ਕਾਰੀ ਦਵਾ ਇਹ ਇਹ ਤਾਂ ਹੁੰਦੀ ਰਹਿੰਦੀ ਕਿਉਂਕਿ ਓਪਨ ਹੈ ਤੇ ਡਸਟ ਆਉਂਦੀ ਆਉਂਦੀ ਹੈ ਇਹ ਜੋ ਮੇਰੇ ਰੂਮ ਦੀ ਡਸਟਿੰਗ ਆਂਡ ਡਸਟਿੰਗ ਦੇ ਵਿੱਚ ਇਨਕਲੂਡ ਕਰ ਲਾਣੀ ਹੁੰਦੀ ਆ ਮਲੇ ਕਲੀਨਿੰਗ ਇੰਨੀ ਕਿ ਤਾਂ ਡਸਟਿੰਗ ਕਰਦੇ ਹੋਏ ਕਰਦਾ ਨਹੀਂ ਹੁੰਦੀ ਆ ਇਹ ਤੇ ਮੈਂ ਨਾ ਤੰਬੇ ਚ ਪਾ ਕੇ ਪਾਣੀ ਰੱਖਿਆ ਇਸ ਤੇ ਕੱਪੜਾ ਮੈਂ ਧੋ ਕੇ ਉਹ ਵੀ ਨਾ ਜੋੜ ਨਾ ਜੋੜ ਸਾਫ ਕਰ ਰਹੀ ਸੀ ਮਾਈਕ੍ਰੋਫਾਈਬਰ ਟਰੋਵਲ ਨਾਲ ਨਾ ਕਲੀਨਿੰਗ ਬਹੁਤ ਵਧੀਆ ਹੋ ਜਾਂਦੀ ਆ ਵਿੱਚ ਲੂਏ ਨਹੀਂ ਲੱਗਦੇ ਹੈਗੇ ਅੱਜ ਵਿੱਚ ਸਾਰਾ ਮੈਂ ਗਿੱਲਾ ਕੱਪੜਾ ਮਾਰ ਲੂੰਗੀ ਤਾਂ ਕਿਤੇ ਵੀ ਕੋਈ ਪਾਣੀ ਦੇ ਕੋਈ ਦਾਗ ਚਿੱਟੇ ਬਿਲਕੁਲ ਨਾ ਰਹਿਣ ਤੇ ਟੇਲੀ ਟੇਲੀ ਅਜੀ ਕਲੀਨਿੰਗ ਕਰਨੀ ਮੁਸ਼ਕਲ ਹੋ ਜਾਂਦੀ ਆ ਤੇ ਮੈਂ ਕਿਹਾ ਅੱਜ ਬਾਥਰੂਮ ਦੀ ਡੀਪ ਕਲੀਨਿੰਗ ਕਰਨੀ ਹੈ ਅੱਜ ਮੈਂ ਉਹ ਵਾਲੀ ਕਲੀਨਿੰਗ ਕਰਾਂ ਜਿਹੜੀ ਲਾਈਕ ਡੇਲੀ ਨਹੀਂ ਹੁੰਦੀ ਹਨਾ ਬਾਕੀ ਨੀਚੋਂ ਨੀਚੋਂ ਬਾਥਰੂਮ ਮੇਰਾ ਰਹਿਣਾ ਅੱਜ ਉਹ ਰੁਟੀਨ ਚ ਲਾ ਲੋ ਜਿਵੇਂ ਮੇਰਾ ਰੁਟੀਨ ਹੁੰਦਾ ਉਹ ਮੈਂ ਕਰਦੀ ਰਹਿੰਦੀ ਆ ਸਾਫ ਜਿਹੜਾ ਉੱਪਰ ਹਾਈਟ ਵਾਲਾ ਉਹ ਆਪਾਂ ਥੋੜਾ ਮੁਸ਼ਕਲ ਹੁੰਦਾ ਬਸ ਡੇਲੀ ਨਹੀਂ ਕਰ ਸਕਦੇ ਅੱਜ ਮੈਂ ਸਾਰੇ ਜਿਹੜੀ ਹਾਈਟ ਵਾਲੀ ਕਲੀਨਿੰਗਸ ਉਹ ਮੈਂ ਕਰਤੀ ਬਾਥਰੂਮ ਵਿੱਚ ਸਾਡੇ ਡਸਟ ਵੀ ਆਉਂਦੀ ਹੈ ਤੇ ਜਦੋਂ ਫੇਸ ਵਗੈਰਾ ਤੋਂ ਨੇ ਮਿਰਰ ਤੇ ਵੀ ਬਹੁਤ ਛਿੱਟੇ ਪੈਂਦੇ ਨੇਗੇ ਕਲੀਨਿੰਗ ਰੱਖਣੀ ਬਹੁਤ ਜ਼ਰੂਰੀ ਹੈ ਬਾਥਰੂਮ ਦੀ ਕਿਉਂਕਿ ਬਾਥਰੂਮ ਹੈ ਜਾਂ ਏਰੀਆ ਦੇਖੋ ਪਾਣੀ ਵਾਲਾ ਹਨਾ ਤਾਂ ਉਥੇ ਗੰਦਗੀ ਤੇ ਸਮੈਲ ਝਾੜੇ ਹੁੰਦੀ ਆ ਇਸ ਲਈ ਸਫਾਈ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਥਰੂਮ ਵਿੱਚ ਹਨਾ 2 ਦਿਨਾਂ ਤੋਂ ਕੋਈ ਵਲੌਗ ਨਹੀਂ ਸ਼ੂਟ ਕਰਾਇਆ ਸੀ 22 ਤਰੀਕ ਦਾ ਵਲੌਗ ਸ਼ੂਟ ਕਰਾਇਆ ਸੀ ਉਸ ਤੋਂ ਬਾਅਦ 23 ਨੂੰ ਸ਼ੂਟ ਨਹੀਂ ਕਰਾਇਆ 24 ਨੂੰ ਨਹੀਂ ਕਰਾਇਆ ਤਾਂ ਅੱਜ 25 ਨੂੰ ਸ਼ੂਟ ਕਰ ਰਹੀ ਹਾਂ 25 ਨੂੰ ਸ਼ਾਮ ਨੂੰ ਉਹਨੇ ਵਲੌਗ ਮਿਲ ਜਾ ਤਾਂ ਮੈਨੂੰ ਆਏ ਸੀ ਕਿ ਚਲੋ ਵੀ ਮੈਂ ਕੰਮ ਤਾਂ ਕਰ ਲਾਂ ਇਹ ਵਲੌਗ ਸ਼ੂਟ ਕਰ ਲਾਂ ਨੀ ਹੁਣ YouTube ਤੋਂ ਕਿੰਨੇ ਦਿਨ ਛੁੱਟੀ ਲਵਾਂਗੇ ਦੋ ਦਿਨ ਛੁੱਟੀ ਹੋ ਗਈ ਚਲੋ ਠੀਕ ਐ ਅੱਜ ਸ਼ਾਮ ਨੂੰ ਈਵਨਿੰਗ ਚ ਇਹ ਵਲੌਗ ਤੁਹਾਡੇ ਕੋਲੇ ਆ ਜਾਣਾ 25 ਨੂੰ ਇੰਨੇ ਕੰਮ ਹਜੇ ਮੇਰੇ ਪਈ ਨੇ ਮੈਨੂੰ ਆ ਲੱਗਦਾ ਥੋੜੇ ਨੇ ਪਰ ਕਦੇ ਕਦੇ ਮੈਨੂੰ ਆ ਲੱਗਦਾ ਮੈਂ ਬਹੁਤ ਜ਼ਿਆਦੇ ਪਏ ਨੇ ਕਿ ਉਹ ਹੈ ਤਾਂ ਕੰਮ ਤਾਂ ਥੋੜੇ ਹੀ ਨੇ ਇਸ ਵਿੱਚ ਮੈਂ ਤਾਂ ਰੂਮ ਕਲੀਨ ਕਰਨਾ ਸੀ ਫਿਰ ਹੁਣ ਉਹ ਮੈਂ ਲੇਟ ਹੋ ਗਈ ਸਾਡੇ ਦਾ ਸੌਲਰਡੀ ਹੋਏ ਪਏ ਸੀਗੇ ਇਹ ਵਾਲਾ ਸ਼ੈਂਪੂ ਆ ਨਾ ਜਿਹੜਾ ਟ੍ਰੈਸ ਵਿੱਚ ਸਮੂਥ ਐਂਡ ਸ਼ਾਈਨ ਤੁਸੀਂ ਇੱਕ ਵਾਰ ਜੂ ਟ੍ਰਾਈ ਕਰਕੇ ਦੇਖੋ ਤੁਸੀਂ ਕੋਈ ਅੱਛਾ ਸ਼ੈਂਪੂ ਜੇ ਲੱਭ ਰਹੇ ਹੋ ਮੈਨੂੰ ਇਹ ਅੱਛਾ ਲੱਗਾ ਪਹਿਲਾਂ ਅਸੀਂ ਡਵ ਜਾਂ ਪੈਂਟੀਨ ਯੂਜ਼ ਕਰਦੇ ਸੀ ਹੁਣ ਅਸੀਂ ਇਹ ਸਾਰੇ ਨੇ ਡੀਮਾਰਟ ਚੋਂ ਆਮਲਾ ਲੈ ਕੇ ਆਏ ਸੀ ਤੇ ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਸਾਨੂੰ ਯੂਜ਼ ਕਰਦੇ ਨੂੰ ਪਰ ਮੈਂ ਤੁਹਾਨੂੰ ਮਹੀਨਾ ਕਹੂੰਗੀ ਹੋ ਗਿਆ ਜ਼ਿਆਦਾ ਮਹੀਨੇ ਤੋਂ ਬਹੁਤ ਹੀ ਵਾਲਾਂ ਦਾ ਟੈਕਸਚਰ ਰੀਅਲੀ ਕਰਕੇ ਨਾ ਹੈਅਰ ਵਾਸ਼ ਕਰਕੇ ਸਮੂਥ ਹੁੰਦੇ ਆ ਦੇ ਨਾਲ ਸਮੂਥ ਐਂਡ ਸ਼ਾਈਨੀ ਹੋਏ ਨੇ ਇਹਨਾਂ ਵਾਲ ਮੈਨੂੰ ਬਹੁਤ ਵਧੀਆ ਲੱਗਿਆ ਦੂਜੇ ਸ਼ੈਂਪੂਸ ਨਾਲੋਂ ਅੱਛਾ ਲੱਗਿਆ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਹੜੀ ਚੀਜ਼ ਦੇਖੋ ਮੈਂ ਆਪ ਪਰਸਨਲੀ ਯੂਜ਼ ਕਰੀ ਹੋਊਗੀ ਮੈਨੂੰ ਅੱਛੀ ਲੱਗੀ ਹੋਊਗੀ ਉਹ ਉਹੀ ਚੀਜ਼ ਮੈਂ ਤੁਹਾਨੂੰ ਰეკਮੈਂਡ ਕਰੂੰਗੀ ਜਿਹੜੀ ਚੀਜ਼ ਬਾਰੇ ਮੈਨੂੰ ਪਤਾ ਨਹੀਂ ਉਹ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕੂੰਗੀ। ਤੇ ਆਹ ਬਲ ਵਿੰਡੋ ਵਿੱਚ ਨਾ ਮੈਂ ਆਪਣੀ ਬੇਟੀ ਦੇ ਡਾਲ ਹਾਊਸ ਚ ਇਹ ਗੁਲਦਸਤਾ ਸੋ ਦੇ ਡਾਲ ਹਾਊਸ ਵਿੱਚ ਛੋਟਾ ਜਿਹਾ ਤੇ ਮੈਨੂੰ ਪੇਂਟ ਕਰਕੇ ਆਂਦਾ ਵਿੰਡੋ ਵਿੱਚ ਰੱਖਿਆ ਹੋਇਆ। ਪੇਂਟ ਕਰਦੇ ਸਮੇਂ ਤਾਂ ਕਲਰ ਖਰਾਬ ਜਿਹਾ ਹੋਇਆ ਪਿਆ ਹੈ ਪਲਾਸਟਿਕ ਤਾਂ ਬਹੁਤ ਹੀ ਛੋਟਾ ਜਿਹਾ ਕਿ ਡਾਲ ਹਾਊਸ ਚ ਸੀ। ਤੁਹਾਨੂੰ ਇਹ ਹੋ ਗਈ ਸੈਟਿੰਗ ਸਾਰੀ। ਸਫਾਈ ਸੁਥਾਈ ਕਰਨ ਤੋਂ ਬਾਅਦ ਨਾ ਫਿਰ ਸਭ ਕੁਝ ਬਹੁਤ ਵਧੀਆ ਲੱਗਦਾ। ਉਹ ਦਸ ਹਾਫ ਸੋਤਰਾ ਨੀਟ ਐਂਡ ਕਲੀਨ ਤੇ ਮੈਂ ਹੁਣ ਨੀਚੇ ਵਾਲੀ ਵੈਨਟੀ ਲਾ ਕੇ ਸਾਫ ਕਰਨਾ ਕਿ ਇਹ ਵੀ ਹੁਣ ਕਰੀ ਜਮਤ ਦੁਬਾਰਾ ਦੁਬਾਰੇ ਬਾਥਰੂਮ ਤੇ ਮੈਂ ਕੀ ਸਫਾਈ ਕਰੂੰਗੀ ਬਸ ਮੇਰਾ ਫਿਰ ਪਾਣੀ ਨਾਲ ਰੈਗੂ ਕਲੀਨਿੰਗ ਕਰਨ ਵਾਲੀ ਬਾਕੀ ਕਲੀਨ ਜਿਹੜੀ ਰਹੀ ਬਾਥਰੂਮ ਜਾਨੀ ਕਿ ਉਹ ਪਾਣੀ ਨਾਲ ਰਹੀ ਹੈ ਬੈਡ ਕਲੀਨਿੰਗ ਰਹੀ ਜਿਹੜੀ ਡਰਾਈ ਕਲੀਨਿੰਗ ਵਾਲਾ ਕੰਮ ਅਨੇਟ ਬਾਥਰੂਮ ਤੋਂ ਮੇਰਾ ਅੱਜ ਖਤਮ ਹੋ ਜਾਊਗਾ ਫਿਰ ਵੈਨਟੀ ਵੀ ਕਾਫੀ ਕੰਮ ਵੀ ਮੇਨੇ ਲੇ ਮੈਂ ਸਾਫ ਕਰੀ ਹੋਈ ਸੀ ਉਹਦੇ ਵਿੱਚ ਗੰਦਗੀ ਕੁਝ ਨਹੀਂ ਹੁੰਦੀ ਕਿ ਜਸਤ ਸੈਟਿੰਗ ਖਰਾਬ ਹੋ ਜਾਂਦੀ ਸਮਾਨ ਦੇ ਪਾਸੇ ਆਪਾਂ ਚੱਕਦੇ ਤਾਂ ਉਤਲ ਪੁਤਲ ਜਿਹਾ ਹੋ ਜਾਂਦਾ ਸਮਾਨ ਪਰਿਪਰ ਲੱਗਣ ਲੱਗ ਜਾਂਦੀ ਹੈ ਸੈਟਿੰਗ ਕਰਦੇ ਕਿਸੇ ਵੀ ਜਗ੍ਹਾ ਦੀ ਉਹੀ ਜਗ੍ਹਾ ਆਪਾਂ ਨੂੰ ਬਹੁਤ ਜਲਦੀ ਸੋਹਣੀ ਸਾਫ ਸੁਥਰੀ ਲੱਗਣ ਲੱਗ ਜਾਂਦੀ ਹੈ ਉਹ ਗੰਦਗੀ ਦੇ ਵਿੱਚ ਕੁਝ ਵੀ ਨਹੀਂ ਸੀ ਬਸ ਇੱਕ ਹੈ ਵੀ ਸਮਾਨ ਕੱਢ ਕੇ ਅੰਦਰੋਂ ਸਾਫ ਕਰਕੇ ਆਪਾਂ ਸੈਟਿੰਗ ਕਰਕੇ ਦੁਬਾਰੇ ਰੱਖਤਾ ਥੋੜੀ ਲੁੱਕ ਜਿਹੀ ਹੋ ਜਾਂਦੀ ਆਪ ਨੂੰ ਅੱਛਾ ਲੱਗਣ ਲੱਗ ਜਾਂਦਾ ਮਨ ਨੂੰ ਤਸੱਲੀ ਹੋ ਜਾਂਦੀ ਆਪਾਂ ਸਫਾਈ ਕਰਤੀ ਸੋ ਸਾਰਾ ਸਮਾਨ ਕੱਢ ਕੇ ਦਮੇ ਉਹ ਦੁਬਾਰਾ ਫੇਰ ਰੱਖ ਦੂੰਗੀ ਉਹਨਾਂ ਕੀ ਕੁਛ ਇਹਦੇ ਵਿੱਚ ਪਿਆ ਹਨਾ ਕਿਹੜੀ ਚੀਜ਼ ਮਿਸਿੰਗ ਹੈ ਕਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੈ ਉਹ ਵੀ ਫਿਰ ਪਤਾ ਲੱਗ ਜਾਂਦਾ ਅਦਰਵਾਈਜ਼ ਹੈ ਲੱਗਦਾ ਆਪਾਂ ਕੋਲ ਭਰਿਆ ਪਿਆ ਆਪਾਂ ਕੋਲ ਬਹੁਤ ਸਾਮਾਨ ਹੈ ਪਰ ਅਸਲ ਵਿੱਚ ਜਦ ਤੱਕ ਆਪੋਂ ਆਪਣੀ ਗੱਭੀ ਚ ਕੱਢੀ ਨਾ ਪਤਾ ਹੀ ਨਹੀਂ ਲੱਗਦਾ ਕੀ ਹੈਗਾ ਕੀ ਨਾ ਇਹ ਪੈਰੇਟ ਵਿੱਚ ਨਾ ਇੱਕ ਪਲਾਸਟਿਕ ਵਾਲਾ 3 ਸ਼ੈਲਫਸ ਵਾਲਾ ਰੈਕ ਰੱਖਿਆ ਹੋਇਆ ਕਾਫੀ ਸਾਮਾਨ ਇਹਦੇ ਵਿੱਚ ਆ ਜਾਂਦਾ ਔਰ ਆਰਗੇਨਾਈਜ਼ਡ ਵੀ ਲੱਗਦਾ ਸਾਮਾਨ ਕਾਫੀ ਨੀਟ ਲੁੱਕ ਆਉਂਦੀ ਹੈ ਫਿਰ ਫੇ ਆਪਣੀ ਜਿਹੜੀ ਜਗਾ ਉਹ ਵੀ ਫੇਸ ਨਹੀਂ ਜਾਂਦੀ ਜਗਾ ਵੀ ਕਾਫੀ ਅੱਛੀ ਪਰਤੋਂ ਵਿੱਚ ਆ ਆਂਦੀ ਹੈ ਕਾਫੀ ਲਾਈਕ ਸਪੇਸ ਦਾ ਬਹੁਤ ਵਧੀਆ ਯੂਜ਼ ਹੋ ਜਾਂਦਾ ਫਿਰ ਇਹ ਬਲੇ ਰੈਕ ਵਿੱਚ ਨਾ ਮੈਂ ਹੇਅਰ ਕਲਰ ਸਕ럽 ਡਰੇ ਨੇ ਐਸ ਕੋਈ ਐਕਸਟਰਾ ਬਰਸ਼ ਐ ਕਲੀਨਿੰਗ ਆ ਨਾ ਉਹ ਮੈਂ ਇਹ ਜੋ ਕੋਸ਼ੇ ਦੇ ਵਿੱਚ ਰੱਖਦੀ ਰਹਿਣੀ ਆ ਤੇ ਸਮਾਨ ਲਾਈਕ ਹੁੰਦਾ ਹੀ ਜਿਹੜਾ ਚਾਹੀਦਾ ਹੁੰਦਾ ਇਹਦੇ ਵਿੱਚ ਆ ਜਾਂਦਾ ਫਿਰ ਆਰਗਨਾਈਜ਼ਡ ਵੀ ਲੱਗਦਾ ਹੈਂਡ ਵਾਸ਼ ਦਾ ਪਾਊਚ ਇਹ ਸਾਰੇ ਮੇਰੇ ਕਲੀਨਰ ਨੇ ਹਾਰਪਿਕ ਰੈਡ ਹਾਰਪਿਕ ਇੱਕ ਚ ਸਰਫ ਪਾਉ ਇੱਕ ਝੋਲ ਪਾਊਡਰ ਵਾਲਾ ਕਲੀਨਰ ਪੋਰਸ਼ਨਸ ਉਹ ਐਕਸਟਰਾ ਦੇ ਟੂਥ ਬਰਸ਼ ਪੁਰਾਣੇ ਹੁੰਦੇ ਨੇ ਕਲੀਨਿੰਗ ਲਈ ਯੂਜ਼ ਕਰਨਾ ਲੱਗੋਏ ਕੋਮ ਧੋਣ ਲਈ ਕੋਈ ਮਸ਼ੀਨਕ ਦਾ ਨਹੀਂ ਚੁਟ੍ਰੇਨ ਧੋਣ ਲਈ ਐਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਨਾਲ ਆਪਾਂ ਯੂਜ਼ ਚ ਆ ਜਾਂਦੇ ਨੇ ਫਿਰ ਕੋਈ ਜ਼ਿਆਦਾ ਬਰਸ਼ ਖਰਾਬ ਹੋ ਜਾਂਦਾ ਕਈ ਸੁੱਟ ਵੀ ਦਿਨ ਜਿਹੜਾ ਐ ਲੱਗਦਾ ਵੀ ਠੀਕ ਨਹੀਂ ਉਹ ਫਿਰ ਕਲੀਨਿੰਗ ਲਈ ਯੂਜ਼ ਹੋ ਜਾਂਦਾ ਨੇ ਇਹ ਗੋਟੂ ਸਾਈਡ ਮੇਂ ਟਾਇਲਟ ਪੇਪਰ ਉਹ ਰੱਖ ਦਾਨੀ ਇੱਕ ਡੱਬੇ ਵਿੱਚ ਪਾ ਕੇ ਸੈਨਟਰੀ ਪੈਡ ਆਪਣੇ ਅੰਡਰ ਕਲਰਮੈਂਟਸ ਰੱਖੇ ਹੋਏ ਨੇ ਬਾਸਕਟ ਵਿੱਚ ਇਸ ਤਰ੍ਹਾਂ ਸਾਰਾ ਸਮਾਨ ਆਰਗਨਾਈਜ਼ਡ ਲੱਗਦਾ ਫਿਰ ਆਪਾਂ ਤਰੀਕੇ ਨਾਲ ਉਹਨੂੰ ਰੱਖਿਆ ਹੋਵੇ ਸਮਾਨ ਵੀ ਬਹੁਤ ਜ਼ਿਆਦਾ ਕੁਲ ਵਿੱਚ ਆ ਗਿਆ ਤੇ ਆਰਗਨਾਈਜ਼ਡ ਵੀ ਲੱਗਦਾ ਸੈਟਿੰਗ ਵੀ ਬਹੁਤ ਵਧੀਆ ਹੋ ਜਾਂਦੀ ਹੈ ਇਹ ਕੰਮ ਵੀ ਮੇਰਾ ਹੋ ਗਿਆ ਇਹ ਵੀ ਦਿਵਾਲੀ ਕਲੀਨਿੰਗ ਚ ਹੀ ਹੋ ਗਿਆ ਚਲੋ ਵੀ ਕਲੀਨਿੰਗ ਦੀ ਪਾਣੀ ਵੀ ਕਰਨੀ ਸੀ ਹੋ ਗਈ ਵੀ ਟਰਨ ਬਹੁਤ ਵਧੀਆ ਲੁੱਕ ਆ ਰਹੀ ਹੁਣ ਤੇ ਮੈਨੂੰ ਹੁਣ ਬੈੱਡ ਸ਼ੀਟਸ ਲੈ ਕੇ ਉਤਾਰ ਕੁਝ ਅੱਜ ਮੈਂ ਕੱਪੜੇ ਨਹੀਂ ਵਾਸ਼ ਕੀਤੇ ਜਸਟ ਬੈੱਡ ਸ਼ੀਟਸ ਵਾਸ਼ ਕੀਤੀਆਂ ਸੀ ਤੇ ਬੈੱਡ ਸ਼ੀਟਸ ਮੈਨੂੰ ਮੰਮੀ ਕੋਲ ਗਏ ਸੀ ਅਸੀਂ ਕੱਲ ਦੁਸ਼ਹਿਰੇ ਤੇ ਤੇ ਅਸੀਂ ਉੱਥੋਂ ਮੰਮੀ ਕੋਲ ਦੀ ਉਤਾਰ ਕੇ ਲਿਆਂਦੀ ਅਸੀਂ ਬੈੱਡ ਸ਼ੀਟਸ ਫਿਰ ਮੈਂ ਕਿਹਾ ਚਲੋ ਮੈਂ ਉੱਥੇ ਵਾਸ਼ ਕਰ ਦੂੰਗੀ ਮੈਂ ਮੇਰੇ ਕੋਲ ਫੁੱਲੀ ਹੈਗੀ ਮਸ਼ੀਨ ਉਹ ਚੀਜ਼ ਹੋ ਜਾਂਦੀ ਵਾਸ਼ ਕਰਨੀ ਆ ਫਿਰ ਕੱਲ ਬੈੱਡ ਸ਼ੀਟਸ ਨੇ ਮਸ਼ੀਨ ਚ ਪਾਤੀਆਂ ਸੀ ਤੇ ਵਾਸ਼ ਹੋਣ ਤੋਂ ਬਾਅਦ ਸੁੱਕ ਵੀ ਗਈਆਂ ਤੇ ਬਣਾ ਕਰ ਰਹੀ ਤਾਂ ਤਾਂ ਕਰਕੇ ਰੱਖ ਦੂੰਗੀ ਫਿਰ ਇਹ ਕੰਮ ਵੀ ਮੇਰਾ ਕੰਪਲੀਟ ਹੋ ਜਾਊਗਾ ਬਾਕੀ ਡੇਲੀ ਰੁਟੀਨ ਵਾਲੇ ਕੱਪੜੇ ਅੱਜ ਮੈਂ ਵਾਸ਼ ਨਹੀਂ ਕੀਤੇ ਹੁਣ ਕਿਚਨ ਜੀ ਅੱਜ ਮੈਂ ਕਾਫੀ ਬਿਜ਼ੀ ਰਹੀ ਸੀ ਟਾਈਮ ਲੱਗ ਗਿਆ ਇਸੇ ਵੀ ਕੱਪੜੇ ਵੀ ਥੋੜੀ ਸੀ ਤੇ ਹੁਣ ਮੈਨੂੰ ਆਏ ਵੀ ਚਲੋ ਜਿਸ ਦਿਨ ਪੂਰਾ ਕਾਫੀ ਲੋਡ ਹੋ ਜਾਏ ਕਰੋ ਕੱਪੜਿਆਂ ਦਾ ਨਾ ਕਾਫੀ ਹੋ ਜਾ ਕਰਾਂਗੇ ਤਾਂ ਮੈਂ ਇੱਕ ਲੋਡ ਫੁੱਲ ਕਰਕੇ ਫੁੱਲੀਚੀ ਪਾ ਦਾਂਗੂੰ ਕਿਉਂਕਿ ਜਿਹੜੀ ਮਸ਼ੀਨ ਆਪਾਂ ਲਈ ਹੈ ਜਿਹੜੀ ਸੁੱਖ ਵਾਸਤੇ ਲਈ ਉਹ ਦਾ ਸੁੱਖ ਲਈਏ ਸੈਮੀ 'ਚ ਹੁਣ ਮੈਂ ਘੱਟ ਕਰੂੰਗਾ ਕੱਪੜੇ ਫੁੱਲੀਚੀ ਕੋਸ਼ਿਸ਼ ਕਰਾ ਕਰੂੰ ਪਾ ਦੇ ਕਰ ਉਸ ਵਾਰ ਮੈਂ ਨਾਲ ਕਿਸੇ ਪਾਣੀ ਪੀਂਦ ਦਵਿੰਦਰ ਵੀ ਬੈਠੇ ਸੀ ਕੋਲੇ ਤੇ ਨਾਲ ਹੀ ਗੱਲ ਕਰ ਰਹੀ ਸੀ ਕੁਝ ਗੱਲਬਾਤ ਅੱਜ ਕਾਲ ਟਾਈਮ ਇਹੋ ਜਿਹਾ ਆ ਗਿਆ ਕਿ ਘਰ ਵਿੱਚ ਨਾ ਹਸਬੰਡ ਵਾਈਫ ਨੂੰ ਵੀ ਗੱਲ ਕਰਨ ਦਾ ਟਾਈਮ ਨਹੀਂ ਲੱਗਦਾ ਟਾਈਮ ਕੁੱਲ ਲੱਗਦਾ ਕਿ ਕੋਈ ਤਾਂ ਆਪਣੇ ਕੰਮ ਇਹ ਜਿਹੇ ਨੇ ਅੱਗੇ ਚਲੇ ਗਏ ਬਾਹਰ ਵਾਲੇ ਕੰਮ ਜ਼ਿਆਦੇ ਹੁੰਦੇ ਨੇ ਚਾਂਸਸ ਹੈ ਨਾ ਜਦੋਂ ਚਾਂਸਸ ਘਰੇ ਆਉਂਦੇ ਨੇ ਲੇਡੀਜ਼ ਨੂੰ ਲਾਈਕ ਚਾਹਾ ਖਾ ਤੋ ਖਾਣਾ ਬਣਾਵੋ ਆਈ ਨਹੀਂ ਬੈਠਣਾ ਮਿਲਦਾ ਕੀ ਬੈਠਣਾ ਮਿਲਦਾ ਤਾਂ ਆਪਣੇ ਹੱਥਾਂ ਵਿੱਚ ਫੋਨ ਹੁੰਦੇ ਨੇ ਹੈ ਨਾ ਆਪਾਂ ਦੇ ਫੋਨਸ ਫੜਦਾ ਹੁੰਦੇ ਆਪਾਂ ਸਾਰੇ ਜਿਹਨੂੰ ਬਿਲੇ ਹੁੰਦੇ ਆ ਫੋਨ ਕਰਕੇ ਆਪਾਂ ਨੂੰ ਇੱਕ ਦੂਜੇ ਨਾਲ ਗੱਲ ਕਰਨ ਦਾ ਟਾਈਮ ਨਾ ਦਾ ਕਿ ਉਹ ਆਪਾਂ ਕੋਈ ਗੱਲ ਕਰਨੀ ਹੁੰਦੀ ਆ ਭੁੱਲ ਜਾਂਦੇ ਆ ਵੀ ਆਹ ਗੱਲ ਕਰਨੀ ਸੀ ਮੈਂ ਪੁੱਛਣੀ ਸੀ ਮੈਂ ਦੱਸਣੀ ਸੀਗੀ ਫਿਰ ਕਿਈ ਵਾਰ ਫੋਨ ਕਰਕੇ ਬਾਤ ਬਾਤ ਕਹਿਣਾ ਪੰਦਾ ਕੱਲ ਮੈਂ ਹੁਣ ਪੁੱਛਣੀ ਸੀ ਜਾਂ ਮੈਂ ਦੱਸਣੀ ਸੀ ਆ ਕੰਮ ਸੀ ਮੈਂ ਕੰਮੇ ਕਰਾਹਣਾ ਤੇ ਕਰਿਆ ਬਪੂ ਲਿਆਨੇ ਇਹ ਯਾਰ ਅੱਜਕੱਲ ਟਾਈਮ ਚਲਦੇ ਆ ਇਵਨ ਹਸਬੰਦ ਵਾਈਫ ਨੂੰ ਵੀ ਕੋ ਦੋ ਜਣਾਂ ਨਾਲ ਗੱਲ ਕਰਨ ਦਾ ਟਾਈਮ ਨਹੀਂ ਗਾ ਤੇ ਹੁਣ ਮੈਂ ਲਿਆਈ ਸੀ ਫਰੂਟ ਦਵਿੰਦਰ ਮੰਗ ਰਹੀ ਸੀ ਚਾਹ ਫਿਰ ਮੈਂ ਇਹਨਾਂ ਨੂੰ ਕਿਹਾ ਚਾਹ ਨਾਲ ਪੀਓ ਫਰੂਟ ਖਾਣਾ ਨੇ ਵੀ ਤੁਸੀਂ ਘਰੇ ਨਹੀਂ ਆਉਂਦੇ ਹੈਗੇ ਜਦੋਂ ਘਰੇ ਆਉਂਨੇ ਫਿਰ ਚਾਹ ਪੀ ਲਾਣੋ ਜਾਂ ਰੋਟੀ ਦੇ ਟਾਈਮ ਤੁਸੀਂ ਆਉਂਨੇ ਹੋ ਵੀ ਫਰੂਟ ਖਾਓ ਫਰੂਟ ਹੈਲਥੀ ਹੈ ਐਪਲਿਆਂ ਦੇ ਰੱਖੇ ਤੇ ਆਂ ਨੂੰ ਖਾਂਦੇ ਹੈ ਨਹੀਂ ਫਿਰ ਕੰਚਲ ਲਓ ਇਹ ਬਲੈਕ ਐਪਲ ਮੈਂ ਖਾਰਿਸ ਗ੍ਰੀਨ ਐਪਲ ਵੀ ਦਿਖਾ ਦੇ ਸੀ ਰੈਡ ਐਪਲ ਹੋ ਗਿਆ ਇਹ ਫਰੂਟ ਟਾਈਮ ਉਹ ਭਾਈ ਇਸ ਨੇ ਨਾ ਆਪਣਾ ਲਾਈਫ ਟਾਈਮ ਬਹੁਤ ਬਹੁਤ ਬਿਜ਼ੀ ਕਰਤਾ ਹੁਣ ਮੈਂ ਦਿਵਿੰਦਰ ਕੋਲ ਬੈਠਿਆ ਦਿਵਿੰਦਰ ਦੇ ਹੱਥ ਵਿੱਚ ਫੋਨ ਆ ਠੀਕ ਹੈ ਕਈ ਵਾਰ ਦਿਵਿੰਦਰ ਬਾਹਰ ਆਉਂਦੇ ਤਾਂ ਮੇਰੇ ਹੱਥ ਵਿੱਚ ਫੋਨ ਹੁੰਦਾ ਪਰ ਫੋਨ ਮੈਂ ਤਫਰੀਹ ਹੋ ਕੇ ਚੱਕ ਦਿਆਂ ਚਲੋ ਫੋਨ ਦਾ ਚੱਕਣਾ ਹੀ ਅੱਜਕੱਲ ਫਿਰ ਹੈ ਵੀ ਇਹ ਕਦਰ ਵਾਸਤੇ ਕਰੀਏ ਕੀ ਫਿਰ ਇਹ ਜਿਹਦੇ ਫਾਇਦੇ ਨੇ ਤੇਦੇ ਨੁਕਸਾਨ ਵੀ ਨੇ ਦੋਨੇ ਗੱਲਾਂ ਹੀ ਹੁੰਦੀਆਂ ਨੇ ਬਾਕੀ ਆਪਦੇ ਆਪ ਦੇ ਡਿਪੈਂਡ ਕਰਦਾ ਆਪਾਂ ਯੂਜ਼ ਕੰਮ ਕਰਾਂ। ਫਾਇਦਾ ਸਾਡੇ 11:00 ਬੰਨੀ 11:35 ਹੋ ਗਈ 11:35 ਹੋ ਗਈ ਛੱਡ ਕੇ ਆ ਰਹੀ ਤਾਂ ਹੁਣ ਮੈਂ ਫ੍ਰੀ ਹੋਈ ਆ ਬਾਥਰੂਮ ਵગેਰਾ ਸਾਰਾ ਕਲੀਨ ਹੋ ਗਿਆ। ਨੀਚੇ ਵਾਲੇ ਕਲੀਨਿੰਗ ਰਹਿ ਗਈ ਜੋ ਆਪਾਂ ਉਹ ਵੀ ਕਰਦੇ ਹੀ ਰਹੇ ਨੇ ਉਹ ਮੈਂ ਸਾਫ ਕਰ ਦੇ ਤਾੜੀ ਦੇਣਾ ਤਾਂ ਹੋ ਹੀ ਜਾਣਾ। ਤੇ ਹੁਣ ਮੈਂ ਨਾ ਕਹਾਂਗੀ। ਹੂਜ਼ ਤੋਂ ਤੇ ਸੈਟਿਸਫਾਇਰ ਮੈਂ ਕਿ ਹੂਜ਼ ਪਾਉਣਾ ਸ਼ੁਰੂ ਕਰੀ ਕਿਉਂਕਿ ਮੌਸਮ ਥੋੜਾ ਚੇਂਜ ਹੋ ਗਿਆ ਪੈਰ ਨਾਲ ਰਸ ਜਿ ਹੋਣ ਲੱ ਸ਼ੂਜ਼ ਫਿਰ ਠੀਕ ਰਹਿਣਗੇ ਵੈਸੇ ਮੈਂ ਹੁਣ ਸ਼ੂਜ਼ ਸ਼ੁਰੂ ਕਰ ਲੈਣੇ ਨੇ ਉਸ ਤੋਂ ਬਾਅਦ ਮੈਂ ਮਾਰਚ ਤੱਕ ਮੈਂ ਸ਼ੂ ਉਤਾਰਨੇ ਹੀ ਨਹੀਂ ਹੈਗੇ ਕਿ ਮੈਂ ਦਿਨ ਰਾਤ ਮੈਂ ਸ਼ੂਜ਼ ਹੀ ਰਹਿਣਾ ਹੁੰਦਾ ਫਿਰ ਔਰ ਕੰਫਰਟੇਬਲ ਲੱਗਦੇ ਨੇ ਇੰਨੇ ਕੰਫਰਟੇਬਲ ਸ਼ੂ ਨੇ ਔਰ ਮੇਰੇ ਸ਼ੂ ਨਾ ਅੱਗੇ ਐਦਾ ਫਟੇ ਪਏ ਨੇ ਗੁੱਠਾ ਕੋਲ ਕਿਹਦੇ ਕਿਹਦੇ ਫੜਦੇ ਨੇ ਜਰੂਰ ਕਮੈਂਟ ਕਰਕੇ ਦੱਸਿਓ ਦੇਖੋ ਕਿਉਂਕਿ 2 ਸਾਲ ਹੋ ਗਿਆ 3rd ਈਅਰ ਆਇਦਾ ਵਾਲਾ ਤੇ ਨੀਚੇ ਵਾਲੇ ਦੇ ਪੀ ਵਿੱਚੋਂ ਪਤਾ ਵੀ ਹੁੰਦੇ ਫਟ ਗਏ ਸੋ ਨਵੇਂ ਲੈ ਕੇ ਆਉਂਦੇ ਆ ਸੋਰੀ ਕੀ ਕਿਤੇ ਸ਼ੂਰੋ ਫੜਦੇ ਹੁੰਦੇ ਨੇ ਮੈਂ ਜਰੂਰ ਦੱਸੂ ਮੇਰੇ ਤਾਂ ਗੁਰਦੋਂ ਨਾਲ ਪੈਰਾਂ ਦੇ ਗੁੱਠੇ ਨਿਕਲ ਆਉਂਦੇ ਨੇ ਪਰ ਸ਼ੂ ਮੈਨੂੰ ਕੱਪੜੇ ਦੀ ਘਰੇ ਪੌਂਚ ਵਧੀਆ ਲੱਗਦੇ ਹੈ ਨਾ ਕੰਫਰਟੇਬਲ ਲੱਗਦੇ ਨੇ ਵੈਸੇ ਵੀ ਆਹ ਵਾਲੇ ਸ਼ੂ ਜਿਹੜੇ ਕੈਂਪਸ ਦੇ ਨੇ ਇੰਨੇ ਕੰਫਰਟੇਬਲ ਨੇ ਇੰਨੇ ਕੰਫਰਟੇਬਲ ਨੇ ਇੱਕ ਵਾਰ ਪਾ ਲਓ ਤਾਂ ਸਾਰਾ ਦਿਨ ਤੁਹਾਨੂੰ ਥਕਾਵਟ ਨਹੀਂ ਹੁੰਦੀ ਹੈਗੀ ਤੁਸੀਂ ਅਨਕੰਫਰਟੇਬਲ ਫੀਲ ਕਰਦੇ ਲੱਤਾਂ ਨੂੰ ਦੁਖਦੇ ਹੈਗੇ ਥੋੜੀਆਂ ਸ਼ੂ ਤਰਨ ਨੂੰ ਦਲੀਲ ਕਰਦੇ ਨੇ ਜਾਂ ਤਾਂ ਕੰਫਰਟੇਬਲ ਨੇ ਆਹ ਵਾਲੇ ਸ਼ੂਸ ਮੈਂ ਟੋਡੇ ਵੀਡੀਓ ਦੇ ਅੰਡ ਕਰਦੇ ਵਾਸਤੇ ਮੈਂ ਅੱਜ ਰੂਮ ਦੀ ਕਲੀਨਿੰਗ ਕਰਨੀ ਸੀ ਫਿਰ ਮੈਂ ਸੋਚਿਆ ਹੁਣ ਟਾਈਮ ਇੰਨਾ ਹੋ ਗਿਆ ਜਦ ਮੈਂ ਕਿਚਨ ਚ ਬਿਲੀ ਹੋ ਕੇ ਆਇਆ ਨਾ ਕਿ ਟਾਈਮ ਬਹੁਤ ਹੋ ਗਿਆ ਤੇ ਫਿਰ ਮੈਂ ਹੁਣ ਰੂਮ ਦੀ ਕਲੀਨਿੰਗ ਕਰਦੀ ਨੀ ਤਾਂ ਗੱਡੇ-ਗੁੱਡੇ ਬਾਹਰ ਧੁੱਪੇ ਪਾਉਣੇ ਕਟਰ ਸੁਧਾਨੇ ਕਾਫੀ ਟਾਈਮ ਮੈਨੂੰ ਲੱਗ ਜਾਣਾਗਾ ਤੇ ਇਸ ਕਰਕੇ ਮੈਂ ਸੋਚਿਆ ਥੋੜੇ ਟਾਈਮ ਵਾਲਾ ਕੰਮ ਚੂਜ਼ ਕੀਤਾ ਵੀ ਬਾਤ ਹੁੰਦਾ ਕਲੀਨਿੰਗ ਕਰ ਲਾਂ ਨੇ ਤੇ ਦੇਖੋ ਸ਼ਾਇਦ ਸ਼ਾਮ ਨੂੰ ਕਲੀਨਿੰਗ ਸ਼ੁਰੂ ਕਰਾਂ ਰੂਮ ਦੀ ਅੱਜ ਹੈਗੀ 25 25 ਤਰੀਕ ਅੱਜ ਤੇ ਇਹ ਤੇ 24 ਦੋ ਦਿਨ ਮੈਂ ਕੋਈ ਵਲੌਗ ਸ਼ੂਟ ਨਹੀਂ ਕਰ ਰਹਾ ਇਹ 25 ਦਾ ਹੀ ਵਲੌਗ ਆ ਸਵੇਰ ਦਾ 25 ਨੂੰ ਸ਼ਾਮ ਨੂੰ ਮਿਲ ਜਾਣਾ ਇਸ ਕਰਕੇ ਮੈਂ ਵਾਈ ਦੋ ਦਿਨ ਮੈਂ ਰੈਸਟ ਕੀਤਾ YouTube ਤੋਂ ਛੁੱਟੀ ਲਈ ਵੀ ਦੋ ਦਿਨਾਂ ਵਾਸਤੇ ਵਿੱਚ ਥੋੜੀ ਬ੍ਰੇਕ ਲੈ ਲਈ ਨਾ ਬ੍ਰੇਕ ਲੈਣੀ ਵੀ ਜ਼ਰੂਰੀ ਹੁੰਦੀ ਹੈਗੀ ਕੋਈ ਸ਼ੂਟ ਨਹੀਂ ਕਰੀ ਦੋ ਦਿਨ ਮੈਂ ਕੁਝ ਨਹੀਂ ਮੈਂ ਸ਼ੂਟ ਕਰ ਰਹਾ ਮੈਂ ਕਿਹਾ ਚਲ ਆਜੇ ਇੱਕ ਵਲੌਗ ਸ਼ੂਟ ਕਰ ਲਾਂ ਮ ਤੁਹਾਨੂੰ ਇਹ ਵਲੌਗ ਸ਼ਾਮ ਨੂੰ ਮਿਲ ਜਾਊਗਾ ਠੀਕ ਹੈ ਜੀ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚਾਹੀਦਾ ਹੈ ਨੂੰ ਜਬੂ ਸਬਸਕ੍ਰਾਈਬ ਕਰ ਲਿਓ ਜੇ ਵੀ ਅਮ ਹੋਂ ਤੱਕ ਨਹੀਂ ਕੀਤਾ ਮਿਲਾਂਗੇ ਕੋਈ ਨਵੀਂ ਵੀਡੀਓ ਲੈ ਕੇ ਸਬਸਕ੍ਰਾਈਬ ਇਕਾਲ